ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਕਰਦੇ ਹਾਂ ਸਵਾਗਤ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਵਯਾਰ 2 ਤੇ ਸਾਡੇ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਦਾ ਜਿਹੜੇ ਵੀਰ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਲਾਲ ਰੰਗ ਦਾ ਸਬਸਕ੍ਰਾਈਬਰ ਦਾ ਤੁਹਾਨੂੰ ਸ਼ੋਅ ਹੁੰਦਾ ਪਿਆ ਹੋ ਉਹਨੂੰ ਕਲਿੱਕ ਕਰਕੇ ਤੇ ਨਾਲ ਲੱਗੇ ਘੰਟੀ ਦਾ ਆਪਸ਼ਨ ਜਦੋਂ ਤੁਹਾਨੂੰ ਸ਼ੋਅ ਹੋਵੇਗਾ ਉਹਨੂੰ ਆਲ ਤੇ ਜਰੂਰ ਸੈੱਟ ਕਰਿਓ ਤਾਂ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜੇ ਤੇ ਜਿਹੜੇ ਨੰਬਰ ਤਾਂ ਹੁਣ ਥੱਲੇ ਸ਼ੋਅ ਕਰਦੇ ਪਏ ਆਂ ਇਹ ਨੰਬਰ ਸਾਡੇ WhatsApp ਦੇ ਸੰਪਰਕ ਨੰਬਰ ਨੇ ਜੇ ਤੁਸੀਂ ਕੋਈ ਐਡ ਪਾਉਣੀ ਹੋਵੇ 5 ਤੋਂ 10 ਫੋਟੋਆਂ ਭੇਜ ਕੇ ਸਾਡੇ ਕੋਲੋਂ ਕੋਈ ਵੀ ਐਡ ਲਵਾ ਸਕਦੇ ਹੋ 7740945620 ਇਹ ਸਾਡੇ WhatsApp ਦੇ ਹਲਪਲਾਈਨ ਨੰਬਰ ਨੇ ਜੀ ਤੇ ਤੁਹਾਡਾ ਸਮਾਂ ਨਾ ਜਾਇਆ ਕਰਦੇ ਹੋਏ ਵਾਅਦੇ ਆ ਜੀ ਅੱਗੇ ਐਡ ਦੇ ਵੱਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕੇਐਸਾ ਤੂੜੀ ਵਾਲੀ ਮਸ਼ੀਨ ਅੱਜ ਆਪਣੇ ਕੋਲ ਸੇਲ ਦੇ ਵਿੱਚ 2020 ਮਾਡਲ ਮਾਲਕੀ ਰਾਂ ਦੇ ਦੱਸਣ ਅਨੁਸਾਰ ਕੋਈ ਮਸ਼ੀਨ ਕੰਮ ਨਹੀਂ ਭਾਲ ਦੇਗੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਕੀ ਜਮਾ ਕੋਕਾ ਪੀਸ ਆ ਮਸ਼ੀਨ ਬਹੁਤ ਘੱਟ ਚੱਲੀ ਹੋਈ ਆ ਜੀ ਬਲੇਡ ਵਗੈਰਾ ਰੀਲ ਵਗੈਰਾ ਵਧੀਆ ਪਈ ਆ ਤੇ ਬਾਕੀ ਮਾਲਕ ਵੀਰਾਂ ਵੱਲੋਂ ਜੋ ਮਸ਼ੀਨ ਦੀ ਡਿਮਾਂਡ ਰੱਖੀ ਗਈ ਆ ਉਹ ਹੈਗੀ ਆ 282000 ਰੁਪਈਆ 282000 ਦੇ ਵਿੱਚੋਂ ਮੌਕੇ ਤੇ ਘੱਟ ਵੱਧ ਕਰ ਲੈਣਗੇ ਮਾਲਕਾਂ ਦੇ ਜੋ ਸੰਪਰਕ ਦੇ ਨੰਬਰ ਨੇ ਤੁਹਾਨੂੰ ਥੱਲੇ ਦੇ ਰਹੇ ਆ ਆਪਾਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਜਾ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਇਹ ਟੂੜੀ ਵਾਲੀ ਮਸ਼ੀਨ ਖਰੀਦ ਸਕਦੇ ਹੋ ਬਹੁਤ ਸੋਹਣੀ ਤੇ ਸਾਫ਼ ਸੁਥਰੀ ਮਸ਼ੀਨ ਆ ਤੇ ਬਾਈ ਜੀ ਹੋ ਸਕਦਾ ਅੱਜ ਵੀਡੀਓ ਤੇ ਵਿਊ ਘੱਟ ਆਉਣ ਕਿਉਂਕਿ ਬਾਈ ਜੀ ਸਾਰੇ ਜਾਣੇ ਜਾਂ ਤਾਂ ਬਈ ਰੈਲੀ ਤੇ ਨੇ ਕਹਿਰ ਕੀ ਅੱਜ ਅੱਜ ਦਾ ਦਿਨ ਤਾਂ ਸਾਰੇ ਜਾਣੇ ਕਿ ਰੈਲੀ ਦੇਖ ਰਹੇ ਨੇ ਸੋ ਸਪੋਰਟ ਕਰੋ ਭਰਾਵੋ ਫਾਰਮਰਸ ਨੂੰ ਜੋ ਵੀ ਜਿਹੜਾ ਫਾਰਮਰ ਨਹੀਂਗਾ ਜੇ ਕੋਈ ਉਹ ਵੀਡੀਓ ਦੇਖ ਰਿਹਾ ਵਾ ਹਨ ਤਾਂ ਬਾਈ ਜੀ ਫਾਰਮਰਸ ਕਹਿਣਾ ਬਹੁਤ ਔਖਾ ਹੁੰਦਾ ਪਰ ਬਈ ਫਾਰਮਿੰਗ ਕਰਨੀ ਬਹੁਤ ਔਖੀ ਆ ਤੇ ਮੇਰਾ ਵੀਰ ਬਣ ਕੇ ਯਾਰ ਸਾਰੇ ਜਾਣੇ ਫਾਰਮਰਸ ਨੂੰ ਸਪੋਰਟ ਜਰੂਰ ਕਰਿਓ ਤੁਸੀਂ ਤੇ ਹੁਣ ਆਪਾਂ ਅੱਗੇ ਗੱਲ ਪਰ ਕਰ ਲੈਨੇ ਆ ਜੀ ਐਚ ਐਮਟੀ 5911 ਜੀ 1996 ਮਾਡਲ ਆ ਇਹ ਕੋਈ ਟਰੈਕਟਰ ਕੰਮ ਨਹੀਂ ਭਾਲਦਾਗਾ ਜਿਵੇਂ ਸੀਲ ਦਾ ਸਿੱਕੇ ਬੰਦ ਟਰੈਕਟਰ ਪਿਆ ਹੋਇਆ ਬਾਕੀ ਸਵੇਰੇ ਇੱਕ ਵੀਡੀਓ ਆਈ ਸੀਗੀ ਉਹਤੇ ਵਿਊ ਬਹੁਤ ਘੱਟ ਆਇਆ ਨਹੀਂ ਕਿਉਂਕਿ ਸਾਰੇ ਜਾਣੇ ਬਾਈ ਜੀ ਕਿਸਾਨ ਰੈਲੀ ਦੀ ਵੀਡੀਓ ਦੇਖਦੇ ਪਏ ਨੇ 5911 ਦੀ ਬੰਪਰ ਸੇਲ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦੇ ਦਾਂਗੀ ਵੇਖ ਲਿਓ ਜਿੰਨਾ ਵੀਰਾਂ ਨੂੰ ਲੋੜ ਹੋਵੇ ਬਾਕੀ ਟਰੈਕਟਰ ਪੂਰਾ ਵਧੀਆ ਪਿਆ ਅਗਲੇ ਟਾਇਰਾਂ ਦੇ ਮਗਰਾਰ ਵਗੈਰਾ ਚੜੇ ਹੋਏ ਨੇ ਟਰੈਕਟਰ ਤੇ ਤੇ ਬਾਕੀ ਬਠਿੰਡਾ ਏਰੀਆ ਵਿਖੇ ਟਰੈਕਟਰ ਖੜਾ ਹੈ ਟਾਇਰ ਵਗੈਰਾ ਵਧੀਆ ਹਾਲਤ ਦੇ ਵਿੱਚ ਪਏ ਨੇ 1,70,000 ਰੁਪਈਆ ਮਾਲਕ ਵੀਰਾਂ ਵੱਲੋਂ ਇਹ ਟਰੈਕਟਰ ਦੀ ਸ਼ੌਪ ਡਿਮਾਂਡ ਰੱਖੀ ਗਈ ਆ ਤੇ ਇਹ ਡਿਮਾਂਡ ਫਿਕਸ ਨਹੀਂ ਹੈਗੀ ਮੌਕੇ ਤੇ ਘੱਟ ਵੱਧ ਕਰ ਲੈਣਗੇ ਡਿਮਾਂਡ ਦੇ ਵਿੱਚੋਂ ਮਾਲਕਾਂ ਦੇ ਜੋ ਸੰਪਰਕ ਖੇਤਰ ਦੇ ਨੰਬਰ ਨੇ ਤੁਹਾਨੂੰ ਥੱਲੇ ਦੇ ਰਹੇ ਆਂ ਆਪਾਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਜਾ ਵਟਸਐਪ ਤੇ ਮੈਸੇਜ ਕਰਕੇ ਇਹਨਾਂ ਵੀਰਾਂ ਕੋਲੋਂ ਤੁਸੀਂ ਇਹ HMT 5911 ਟਰੈਕਟਰ ਖਰੀਦ ਸਕਦੇ ਹੋ ਜੇ ਮੇਰੇ ਕਿਸੇ ਵੀਰ ਨੇ ਜਾਂ ਭਾਈ ਸੱਜਣ ਮਿੱਤਰ ਨੇ ਲੈਣਾ ਹੋਵੇ ਤਾਂ ਖਰੀਦ ਲਿਓ ਤੇ ਬਾਕੀ ਸਪੋਰਟ ਕਰੋ ਭਰਾਵੋ ਫਾਰਮਰਸ ਨੂੰ ਕਿਉਂਕਿ ਫਾਰਮਿੰਗ ਦੇ ਤੌਰ ਤੇ ਜਰੂਰ ਕਰੋ ਯਾਰ ਫਾਰਮਰਸ ਦੇ ਬਿਨਾ ਜਾਣਕੀ ਵਰਲਡ ਕੋਈ ਕਿਸੇ ਕੰਮ ਦਾ ਨਹੀਂ ਹੈਗਾ ਜੇ ਫਾਰਮਰਸ ਨਹੀਂ ਹੈਗੇ ਇਸ ਧਰਤੀ ਤੇ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਜੀ ਫਾਰਮਟ੍ਰੈਕ 50 ਦੀ 1998 ਮਾਡਲ ਟਰੈਕਟਰ ਜੀ ਇਹ ਤੇ ਬਾਕੀ ਹਰਿਆਣਾ ਨੰਬਰ ਆ ਤੇ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਜਿਵੇਂ ਬ੍ਰਾਂਡ ਨਿਊ ਨਵੇਂ ਟਾਇਰ ਨੇ ਮਾਲਕ ਵੀਰਾਂ ਦੇ ਦੱਸਣ ਅਨੁਸਾਰ ਤੇ ਬਾਕੀ ਜੋ ਟਰੈਕਟਰ ਇੰਜਨ ਗੇਅਰ ਲੈਫਟ ਮਗਰਲੇ ਹਿੱਸੇ ਦਾ ਜਿਵੇਂ ਸੈੱਟ ਪਿਆ ਕੋਕਾ ਪੀਸ ਆ ਕੋਈ ਕੰਮ ਨਹੀਂ ਭਾਲਦਾਗਾ ਜੋ ਸ਼ੋ ਦਾ ਰੰਗ ਆ ਸਾਰਾ Ориਜਨਲ ਆ ਕਿਤੋਂ ਯਾਨੀ ਕਿ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਵਾ ਕੇ ਚਲਾ ਕੇ ਚੈੱਕ ਕਰਨ ਦੀ ਗਾਰੰਟੀ ਦੇ ਰਹੇ ਨੇ ਟੂਰੀ ਏਰੀਏ ਵਿਖੇ ਖੜਾ ਹੈ ਜੀ ਤੇ ਜੋ ਮਾਲਕ ਵੀਰਾਂ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ ਉਹ ਹੈਗੀ ਆ ਜੀ 1,70,000 ਰੁਪਈਆ 1,70,000 ਡਿਮਾਂਡ ਆ ਮੌਕੇ ਤੇ ਘੱਟ ਵੱਧ ਕਰ ਲੈਣਗੇ ਡਿਮਾਂਡ ਦੇ ਵਿੱਚੋਂ ਨੰਬਰ ਨੇ ਜੋ ਮਾਲਕਾਂ ਦੇ ਤੁਹਾਨੂੰ ਆਪਾਂ ਥੱਲੇ ਦੇ ਰਹੇ ਆ ਇਹਨਾਂ ਨੰਬਰਾਂ ਤੇ ਕਾਲ ਕਰਕੇ ਜਾਂ ਫਿਰ WhatsApp ਤੇ ਗੱਲਬਾਤ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਜੀ ਸਵੇਰੇ ਵਾਲੀ ਵੀਡੀਓ ਜਰੂਰ ਵੇਖਿਓ ਜਿਹੜੀ ਕੱਲ ਪਾਈ ਹੋਈ ਤੇ ਇੱਕ ਕੱਲ ਨੂੰ ਆ ਰਹੀ ਆ ਹਾਲੈਂਡ ਦੀ ਬੰਪਰ ਸੇਲ ਸਵੇਰੇ 9 ਜਾਂ 10 ਵਜੇ ਆਜੂਗੀ ਉਹਨੂੰ ਵੀ ਜਾ ਕੇ ਤੁਸੀਂ ਜਰੂਰ ਵੇਖਿਓ ਜਿਹੜੇ ਵੀਰਾਂ ਨੇ ਹਾਲੈਂਡ ਲੈਣਾ ਹੋਵੇ ਜਾਂ ਹਾਲੈਂਡ ਲੈਣ ਦੇ ਚਾਹਵਨ ਹੋਣ ਜਰੂਰ ਵੇਖਿਓ ਜੀ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਜੀ Mahindra Novo 655 DI 4x4 ਟਰੈਕਟਰ ਤੇ ਐਕਚੁਅਲੀ ਬਾਈ ਜੀ ਇਹ ਮੈਨੂੰ ਮੰਡੀ ਤੇ ਮਿਲਿਆ ਸੀਗਾ ਉੱਥੇ ਮੈਂ ਵੀਰਾਂ ਤੋਂ ਗੱਲਬਾਤ ਕੀਤੀ ਸੀ ਉਹਾਂ ਨੇ ਖੱਟ ਕੇ ਲੈ ਜਾਓ ਬਣਾ ਦਿਓ ਤੇ 2018 ਮਾਡਲ ਹੈ ਜੀ 11ਵੇਂ ਮਹੀਨੇ ਟਰੈਕਟਰ ਨਿਕਲਿਆ ਹੋਇਆ ਹੈ ਤੇ ਟਰੈਕਟਰ ਦੇ ਨਾਲ ਦੇ ਟਾਇਰ ਆ 95% ਠੀਕ ਹੈ ਜੀ ਕੁੱਲ 600 ਘੰਟਾ ਟਰੈਕਟਰ ਚੱਲਿਆ ਹੋਇਆ ਬਾਕੀ ਭਾਜੀ ਮੰਡੀ 'ਤੋਂ ਬਹੁਤ ਸਿਰਾਸਿਰਾ ਟਰੈਕਟਰ ਆਏ ਸੀਗੇ ਬਸ ਯਾਨੀ ਕਿ ਟਾਈਮ ਨਹੀਂ ਲੱਗਾ ਸਾਡਾ ਫੋਟੋ ਫੋਟੋ ਖਿੱਚਣ ਦਾ 4x4 ਬਹੁਤ ਜ਼ਿਆਦਾ ਆਏ ਸੀ ਪ੍ਰੀਤ ਵਾਲਿਆਂ ਦੇ ਸਸਤੀ ਰੇਟ ਦੇ ਹੀ ਸੀਗੇ ਸੋਨਾਲੀਕਾ ਟਾਈਗਰ ਵਗੈਰਾ ਬਹੁਤ ਵਧੀਆ ਟਰੈਕਟਰ ਆਏ ਸੀ ਅਗਲੀ ਮੰਡੀ 'ਵਾਂ ਜ਼ਰੂਰ ਕੋਸ਼ਿਸ਼ ਕਰੂੰਗਾ ਮੇਰੇ ਵੀਰੋ ਵੀ ਲਾਈਵ ਹੀ ਕਰੀਏ ਆਪਾਂ ਤੇ ਬਾਕੀ ਜੋ ਟਰੈਕਟਰ ਦੇ ਬਾਈ ਜਿਹੜਾ ਕੁਝ ਵੀ ਲੱਗਾ ਹੋਇਆ ਨਾ ਸਾਰਾ ਕੁਝ ਨਾਲ ਆ ਜੋ ਅੱਗੇ ਵੇਟ ਆ ਤੇ ਜੋ ਫੇਵਰ ਵਾਲੀ ਕੈਨਲੋਪੀ ਲੱਗੀ ਹੋਈ ਆ ਉਹ ਤੇ ਬਾਕੀ ਕੋਈ ਕੰਮ ਨਹੀਂ ਭਾਲਦਾਗਾ ਜਮਾ ਸੈਟ ਆ 2018 ਮਾਡਲ ਆ 600 ਘੰਟਾ ਚੱਲਿਆ 95 ਪੈਸੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਤੇ ਬਾਕੀ ਜੇ ਅਗਲੀ ਮੰਡੀ ਇਹ ਟਰੈਕਟਰ ਖੜਾ ਹੋਇਆ ਤਾਂ ਫਾਰਮਰ ਦਾ ਆਪਾਂ ਬਾਈ ਰਿਵਿਊ ਜ਼ਰੂਰ ਲਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਾਂਗੇ ਜ਼ਰੂਰ ਤੇ ਬਾਕੀ 9 ਲੱਖ ਤੇ 30000 ਰੁਪਇਆ ਮਾਲਕ ਵੀਰਾਂ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਸੀਗੀ ਤੇ ਇਹ ਡਿਮਾਂਡ ਦੇ ਵਿੱਚੋਂ ਮੌਕੇ ਤੇ ਘਟਵੱਧ ਕਰ ਲੈਣਗੇ ਤੇ ਤੁਹਾਨੂੰ ਆਪਾਂ ਮਾਲਕ ਵੀਰਾਂ ਦੇ ਨੰਬਰ ਆ ਜਿਹੜੇ ਤੁਹਾਨੂੰ ਥੱਲੇ ਦੇ ਰਹੇ ਆ ਜਿੰਨਾ ਵੀ ਵੀਰਾਂ ਨੇ ਭਾਈ ਸੱਜਣ ਮਿੱਤਰਾਂ ਨੇ ਇਹ ਹੀ ਟਰੈਕਟਰ ਲੈਣਾ ਹੋਵੇ Mahindra Novo 655 DI ਤੱਕ ਖਰੀਦ ਸਕਦੇ ਨੇ ਬਹੁਤ ਵਧੀਆ ਸੋਨਾ ਟਰੈਕਟਰ ਪਿਆ ਹੋਇਆ ਵਾ ਤੇ ਬਾਕੀ ਜੋ ਵੀ ਬਾਈ ਅ ਮਾਰਕੀਟ ਦੇ ਹਿਸਾਬ ਨਾਲ ਹਨਾ ਆਪਾਂ ਗੱਲ ਕਰੀਏ ਵੀ ਕਈ ਕਹਿੰਦੇ ਨੇ ਬਾਈ ਫਲਾਨੇ ਟਰੈਕਟਰ ਦੀ ਮਾਰਕੀਟ ਜ਼ਿਆਦਾ ਫਲਾਨੇ ਦੀ ਜ਼ਿਆਦਾ ਆ ਤੇ ਬਾਈ ਮੈਂ ਇੱਕ ਗੱਲ ਕਹਿ ਲੈਣਾ ਚਾਹੁੰਦਾ ਪਹਿਲੇ ਨੰਬਰ ਤੇ ਮਾਰਕੀਟ ਸਵਰਾਜ ਦੀ ਆ ਦੂਜੇ ਨੰਬਰ ਤੇ ਹੌਲੈਂਡ ਦੀ ਆ ਠੀਕ ਹੈ ਜੀ ਦੋਹਾਂ ਟਰੈਕਟਰਾਂ ਚ ਤੁਹਾਡੀ ਮਰਜ਼ੀ ਆ ਜੇ ਯਾਨੀ ਕੀ ਮਾਰਕੀਟ ਦੇ ਤੌਰ ਤੇ ਲੈਣਾ ਜਿਹੜਾ ਮਰਜ਼ੀ ਲੈ ਲਓ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਂਦੇ ਆ ਜੀ 16 ਤਵੀਆਂ ਨੇ ਅੱਗੇ ਆਪਣੇ ਕੋਲ ਐਡ ਦੇ ਵਿੱਚ ਆ ਜਾਂਦੀਆਂ ਤੇ ਪੂਰੀ ਸਾਫ ਵਧੀਆਂ ਤਵੀਆਂ ਪਈਆਂ ਨੇ ਜੀ ਤਵੇ ਵਗੈਰਾ ਵਲੀਆਂ ਪਏ ਨੇ ਨਵੇਂ ਨਵੇਂ ਯਮਨਲਾ ਦਾ ਟਵੇ ਤੇ ਬਾਕੀ ਤੁਸੀਂ ਮਾਲਕ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਨਵਾਂ ਸ਼ਹਿਰ ਏਰੀਆ ਜੀ ਤੇ 48000 ਰੁਪਇਆ ਤਵੀਆਂ ਦੀ ਮਾਲਕਾਂ ਨੇ ਡਿਮਾਂਡ ਰੱਖੀ ਸੀਗੀ ਤੇ ਨੰਬਰ ਥੱਲੇ ਦੇ ਰਹੇ ਹਾਂ ਕਾਲ ਕਰਕੇ ਜਾਂ ਫਿਰ WhatsApp ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬਹੁਤ ਸੋਹਣੀਆਂ ਤੇ ਸਾਫ਼ ਸੁਥਰੀਆਂ ਤਵੀਆਂ ਸੇਲ ਦੇ ਲਈ ਆਈਆਂ ਹੋਈਆਂ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਜੀ 11 ਫੁੱਟੀ ਟਰਾਲੀ ਆ ਜਾਂਦੀ ਅੱਗੇ ਆਪਣੇ ਕੋਲ ਸੇਲ ਦੇ ਲਈ ਬਾਕੀ ਭਾਈ ਜੀ ਇਹ ਟਰਾਲੀ ਕੱਲ ਪਾਉਣੀ ਸੀਗੀ ਐਕਚੁਅਲੀ ਵੀਡੀਓ ਵਿੱਚ ਬਣਾ ਲਈ ਜੁਰਮੇ ਐਡਿਟ ਕਰਕੇ ਨੰਬਰ-ਨੰਬਰ ਲਿਖਣ ਲੱਗਾ ਉਦੋਂ ਚੇਤਾ ਆਇਆ ਵੀ ਇਹ ਤਾਂ ਟਰਾਲੀ ਵਿੱਚ ਹੈ ਹੀ ਨਹੀਂ ਤੇ ਮਾਨਸੇਰ ਕੀ ਵੇਖੇ ਖੜੀ ਆ ਜੀ ਡਬਲ ਟੈਰੀ ਆ ਕੋਈ ਕਮੀ ਪੇਸ਼ੀ ਨਹੀਂ ਜੈਕ ਵਗੈਰਾ ਲੱਗਾ ਹੋਇਆ ਵਾ ਬੈੱਡ ਵਗੈਰਾ ਲੱਗਾ ਹੋਇਆ ਵਾ ਫਰਸ਼ ਵਗੈਰਾ ਵਧੀਆ ਪਈਆ ਫਰਸ਼ ਦੀ ਫੋਟੋ ਤੁਹਾਨੂੰ ਅੱਗੇ ਸ਼ੋਅ ਹੋ ਜੂਗੀ ਤੇ ਮਾਲਕ ਵੀਰਾਂ ਵੱਲੋਂ ਜੋ ਡਿਮਾਂਡ ਰੱਖੀ ਗਈ ਉਹ ਹੈਗੀ 1,30,000 ਮਾਨਸੇਰ ਕੀ ਵੇਖੇ ਟਰਾਲੀ ਖੜੀ ਆ ਇਹ 11 ਫੁੱਟੀ ਨੰਬਰ ਤੁਹਾਨੂੰ ਥੱਲੇ ਸ਼ੋਅ ਕਰਦੇ ਪਏ ਆ ਇਹਨਾਂ ਨੰਬਰਾਂ ਤੇ ਕਾਲ ਕਰਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਇਹਨਾਂ ਵੀਰਾਂ ਭਾਈ ਸੱਜਣ ਮਿੱਤਰਾਂ ਦੇ ਨਾਲ ਤੁਸੀਂ ਇਹ ਟਰਾਲੀ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਇੱਕ ਮੇਰਾ ਵੀਰ ਭਾਈ ਜੀ ਹਜੇ ਥੋੜੀ ਜੀ ਮਾਰਕੀਟ ਡਾਊਨ ਚੱਲਦੀ ਪਈ ਆ ਥੋੜੀ ਜੀ ਕੋਈ ਬਾੜੀ ਜ਼ਿਆਦਾ ਵੀ ਨਹੀਂ ਕਿਉਂਕਿ ਸਾਰੇ ਯਾਰ ਆਪਣੇ ਕਿਸਾਨ ਵੀਰ ਭਾਈ ਸੱਜਣ ਮਿੱਤਰਾਂ ਦੇ ਨਾਲ ਬਈ ਧਰਨੀ ਦਿੱਲੀ ਮੋਰਚੇ ਤੇ ਆ ਤੋਂ ਉਸ ਕਰਕੇ ਤਾਂ ਹੋ ਸਕਦਾ ਭਾਈ ਜੀ ਥੋੜੇ ਬਹੁਤੇ ਫੋਨ ਵਗੈਰਾ ਘੱਟ ਆਉਣ ਸੋ ਥੋੜਾ ਇਹ ਯਾਨੀ ਕਿ ਮੈਂ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਸੀ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਜੀ ਜੌਂਡੀਅਰ 5310 4/4 ਆ ਜੀ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ 2017 ਮਾਡਲ ਦਾ ਟਰੈਕਟਰ ਇਹ ਜਮਾ ਕੋਕਾ ਪੀਸ ਆ ਟਰੈਕਟਰ ਹੈ ਵੱਡਾ ਬੰਪਰ ਲੱਗਾ ਹੋਇਆ 4/4 ਹੈ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਕਿਤੇ ਕੋਈ ਚਾਬੀ ਨਹੀਂ ਲਵਾਉਂਦਾਗਾ ਪੀਵੀ ਨੰਬਰ ਆ 80 ਪੈਸੇ ਟਰੈਕਟਰ ਦੇ ਮਾਲਕ ਵੀਰਾਂ ਵੱਲੋਂ ਦੱਸੇ ਜਾ ਰਹੇ ਨੇ ਟਾਇਰ ਤੇ ਬਾਕੀ ਵਾਕੇ ਚਲਾ ਕੇ ਚੈੱਕ ਕਰਨ ਦੀ ਫੁੱਲ ਗਾਰੰਟੀ ਦਿੱਤੀ ਜਾ ਰਹੀ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਕੋਈ ਕੰਮ ਨਹੀਂ ਪਾਲਦਾਗਾ ਤੇ ਸੌਰੀ ਬਾਈ ਜੀ ਥੋੜੀ ਜਿਹੀ ਵਾਇਸ ਦੀ ਪ੍ਰੋਬਲਮ ਆ ਰਹੀ ਹੋਵੇ ਤਾਂ ਕਿਉਂਕਿ ਥੋੜਾ ਜਿਹਾ ਮੇਰਾ ਗਲਾਇਆ ਖਰਾਬ ਸੀਗਾ ਥੋੜਾ ਜਿਹਾ ਵੀ ਹੋਰ ਸਾਹ ਦੀ ਹੋ ਸਕਦਾ ਵਾਇਸ ਆਉਂਦੀ ਹੋਵੇ ਤੁਹਾਨੂੰ ਤੇ ਮਾਲਕ ਵੀਰਾ ਵੱਲੋਂ ਜੋ ਡਿਮਾਂਡ ਰੱਖੀ ਗਈ ਸੀਗੀ ਉਹ ਹੈਗੀ ਹੈ ਜੀ 8 ਲੱਖ 8 ਲੱਖ ਰੁਪਈਆ ਡਿਮਾਂਡ ਆ ਤੇ ਸਮਰਾਲਾ ਏਰੀਏ ਵਿਖੇ ਟਰੈਕਟਰ ਖੜਾ ਹੋਇਆ ਜੀ ਇਹ ਤੇ ਟਰੈਕਟਰ ਜਮਾ ਕੋਕਾ ਪੀਸ ਜਮਾ ਸੈਟਅਪ ਦੱਸਿਆ ਜਾ ਰਿਹਾ ਮਾਲਕ ਵੀਰਾਂ ਵੱਲੋਂ ਸੋ ਮਾਲਕਾਂ ਨੇ ਨੰਬਰ ਦਿੱਤੇ ਗਏ ਨੇ ਥੱਲੇ ਇਹਨਾਂ ਨੰਬਰਾਂ ਤੇ ਕਾਲ ਕਰਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਤੁਸੀਂ ਇਹੇ ਟਰੈਕਟਰ 4x4 ਖਰੀਦ ਸਕਦੇ ਹੋ ਜਿੰਨਾ ਵੀਰਾਂ ਨੇ ਲੈਣਾ ਹੋਵੇ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਜੀ ਸਵਰਾਜ 855 ਦੀ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2005 ਮਾਡਲ ਹੈ ਟਰੈਕਟਰ ਇਹ ਤੇ ਕੋਈ ਟਰੈਕਟਰ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਕਲੋਸ ਕਰ ਇੰਜਨ ਦੇ ਵਿੱਚ ਟਰੈਕਟਰ ਆਉਂਦਾ ਜੀ ਤੇ ਬਾਕੀ ਵੀਰੇ ਦੱਸਿਓ ਜਰੂਰ ਯਾਰ ਕਾਫੀ ਤਿੰਨ ਚਾਰ ਵੀਡੀਓ ਆਪਣੀਆਂ ਗੱਲ ਟਰੈਕਟਰ ਵਾਸਤੇ ਵੈਸੇ ਤਾਂ ਬਣਾਉਣ ਵਾਲੀਆਂ ਪਈਆਂ ਨੇ ਕਿਉਂਕਿ ਮੇਰਾ ਥੋੜਾ ਟਾਈਮ ਨਹੀਂ ਲੱਗਦਾ ਜਿੰਨਾ ਮੈਂ ਬਣਾਦਾ ਤੇ ਅੱਜ ਮੈਂ 963 ਦੀ ਪੂਰੀ ਸੈਟਿੰਗ ਸ਼ੂਟਿੰਗ ਕਰਕੇ ਰੱਖੂੰਗਾ ਫਿਰ ਮੈਂ ਕੱਲ ਨੂੰ ਯਾਨੀ ਕਿ ਸਪੀਕਿੰਗ ਕਰਕੇ ਤੇ ਹੋ ਸਕਦਾ ਵੀ ਰਾਤ ਨੂੰ ਪਾ ਦਾਂ ਤੇ ਇਹ ਵੀ ਦੱਸ ਦਿਓ ਵੀਰੇ ਯਾਰ ਆਪਾਂ ਹਨ ਵੀ ਸਵਰਾਜ ਜਿਵੇਂ ਕੀ ਹਨ ਕਿਹੜੇ ਮਾਡਲ ਦੇ ਕਿੰਨੇ ਰੇਟ ਰਹਿੰਦੇ ਆ ਵੀ ਉਹ ਦੱਸਿਗੇ ਵੀ ਇੱਕ ਵੀਡੀਓ ਬਣਾ ਲਾਗੇ ਨਹੀਂ ਤਾਂ ਫਿਰ ਗੱਲ ਟਰੈਕਟਰ ਆਏ ਤੇ ਵੀ ਸੋਖਾ ਰਿਆ ਕਰੂ ਯਾਰ ਸਭ ਇੱਕ ਨੂੰ ਤੇ ਬਾਕੀ ਭਾਈ ਜੀ 3 ਲੱਖ ਰੁਪਈਆ ਮਾਲਕਾਂ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ ਇੰਜਣ ਦਾ ਗੇਅਰ ਦਾ ਲੈਫਟ ਦਾ ਮਗਰਲੇ ਇਸਰਾ ਜਮਾ ਸੈੱਟ ਪਿਆ ਕੋਕਾ ਪੀਸ ਟਰੈਕਟਰ ਕੋਈ ਕੰਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਠੀਕ ਹੈ ਬਾਕੀ ਅੱਗੇ ਉਹ ਟੇਪਿੰਗ ਵਗੈਰਾ ਜੀ ਕੀਤੀ ਹੋਈ ਹੈ ਮਗਰਾੜਾ ਮਗਰੂੜਾਂ ਤੇ ਤੇ ਬਾਕੀ ਉਹਦਾ ਯਾਨੀ ਕਿ ਕੋਈ ਚੱਕਰ ਨਹੀਂ ਹੈਗਾ ਸ਼ੋ ਸ਼ੂ ਸਾਰੀ オリジナル ਆ ਤੇ ਡਿਮਾਂਡ 3 ਲੱਖ 2005 ਮਾਡਲ ਆ ਨੰਬਰ ਥੱਲੇ ਦੇ ਰਹੇ ਆ ਕਾਲ ਕਰਕੇ ਤੇ ਤੁਸੀਂ ਸਵਰਾਜ 855 ਟਰੈਕਟਰ ਖਰੀਦ ਸਕਦੇ ਹੋ ਜਿੰਨਾ ਵੀਰਾਂ ਨੂੰ ਲੋੜ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰ ਆਪਣੀ ਇਹ ਟਰੈਕਟਰ ਲੈਣ ਦੇ ਚਾਹਵਨ ਹੋਣ ਬਹੁਤ ਸੋਹਣਾ ਤੇ ਸਾਫ਼ ਸੁਥਰਾ ਟਰੈਕਟਰ ਆ ਜੀ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਐਚ ਐਮ ਟੀ 5911 ਟਰੈਕਟਰ ਦੀ ਸਭ ਤੋਂ ਪਹਿਲਾਂ ਜੇ ਆਪਾਂ ਮਾਡਲ ਦੀ ਗੱਲ ਕਰੀਏ ਜੀ 1987 ਮਾਡਲ ਆ ਜੀ ਟਰੈਕਟਰ ਇਹ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਇਹਦਾ ਇੰਜਨ ਦੇ ਅੰਦਰ ਸੈਟਪਿਆ ਇੰਜਨ ਬਾਕੀ ਆ ਤੁਸੀਂ ਪੰਪਰੀਆਂ ਫੋਟੋਆਂ ਵੇਖ ਸਕਦੇ ਹੋ ਪੂਰਾ ਸੈੱਟ ਚੱਲਦਾ ਵਾ ਕੇ ਚਲਾ ਕੇ ਦੇਣ ਦੀ ਫੁੱਲ ਗਾਰੰਟੀ ਦਿੱਤੀ ਜਾ ਰਹੀ ਹੈ ਮਾਲਕ ਵੀਰ ਵੱਲੋਂ ਤੇ ਇਹਨਾਂ ਕੋਲ ਬਾਈ ਜੀ ਐਕਚੁਅਲੀ ਡੋ ਨਾਟ ਘੇਰਾਂ ਨੇ ਆਪਾਂ ਇੱਕ ਦੀ ਐਡ ਪਹਿਲਾਂ ਵੀ ਪਾਈ ਆ ਤੇ ਉਹ ਕਹਿੰਦੇ ਸੀ ਇਹਨਾਂ ਚੋਂ ਜਿਹੜਾ ਵਿਗ ਗਿਆ ਆਪਾਂ ਇੱਕ ਵੇਚਣਾ ਵਾ 165000 ਰੁਪਇਆ ਮਾਲਕ ਵੀਰਾਂ ਵੱਲੋਂ ਇਹ ਸਟਰੈਟਜੀ ਡਿਮਾਂਡ ਰੱਖੀ ਗਈ ਆ ਬਾਕੀ ਤੁਸੀਂ ਥੱਲੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਇਹਨਾਂ ਵੀਰਾਂ ਤੋਂ ਦੂਜੇ ਟਰੈਕਟਰ ਬਾਰੇ ਪੂਰੀ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੀ ਵੀਡੀਓ ਪੂਰੀ ਵੇਖਣ ਦੇ ਲਈ ਜੇ ਵਧੀਆ ਲੱਗਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਫਾਰਮਰਸ ਨੂੰ ਵੀਰ ਜਰੂਰ ਸਪੋਰਟ ਕਰਿਓ ਜਿਹੜੇ ਵੀਰ ਆਪਣੀ ਵੀਡੀਓ ਵੇਖ ਰਹੇ ਨੇ ਧੰਨਵਾਦ ਜੀ